ਤਕਰੀਬਨ 30 ਸਾਲ ਦਾ ਮੈਂ ਕੁੱਕੜ ਰੱਖਣ ਲੱਗਾ। ਹੁਣ ਮੇਰੀ ਉਮਰ 82-83 ਸਾਲ ਹੈ। ਬਹੁਤ ਵੱਡਾ ਕੁੱਕੜ ਬਾਜ਼ ਹੈ, ਬਚਪਨ ਤੋਂ ਹੀ ਕੁੱਕੜ ਰੱਖਣ ਲੱਗਾ ਹੈ ਤੇ ਅਜੇ ਤੋਂ ਨਹੀਂ ਰੱਖੇਂਦਾ ਵੱਡਾ ਹੈ ਤੇ ਇੱਕ ਬਹੁਤ ਪਸੰਦ ਹੈ ਕੁੱਕੜ ਤੇ ਅੱਜ ਇਹਦੇ ਕੋਲ ਪੁੱਛਦੇ ਹਾਂ ਕਿ ਤੁਹਾਨੂੰ ਕਿਵੇਂ ਸ਼ੌਕ ਲੱਗਾ ਜੀ, ਕਿਤਨੀ ਉਮਰ ਦੇ ਤੁਸੀਂ ਹਾਵੇ ਤੇ ਇਹ ਸ਼ੌਕ ਕੀਤਾ ਹੈ? ਦਾਦਾ ਜੀ ਤੁਸੀਂ ਦੱਸੇ ਸੋ ਕਿ ਜਿਹੜਾ ਹੈ ਨਾ ਬਚਪਨ ਵਿੱਚ ਕੁੱਕੜ ਰੱਖਣ ਲੱਗੇ ਵੇ ਤਕਰੀਬਨ 30 ਸਾਲ ਦਾ ਮੈਂ ਕੁੱਕੜ ਰੱਖਣ ਲੱਗਾ। ਹੁਣ ਮੇਰੀ ਉਮਰ 82-83 ਸਾਲ ਹੈ। ਮਾਸ਼ਾਅੱਲਾ ਮੀਂਹ ਵਾਲੇ ਸ਼ੌਕ ਤੁਰੇ ਲਾਸਾਨੀ ਨਸਲ ਥੀ ਗਈ, ਪੀ ਚੀਲੇ ਬਿਲਾਲ ਵਾਲੇ ਥੀ ਗਏ, ਮਤਲਬ ਇਵੇਂ ਬੱਚਰਾਂ ਦੇ ਪਾਂ ਬੱਚਰਾਂ ਦੇ ਕੁੱਕੜ ਇਹ ਮਸ਼ਹੂਰ ਕੁੱਕੜ ਹਨ। ਜਦੋਂ ਤੁਸੀਂ ਕੁੱਕੜ ਰੱਖਣ ਲੱਗੇ ਤੁਹਾਨੂੰ ਪਹਿਚਾਣ ਆਵਣ ਲੱਗ ਗਈ ਇਹ ਕੁੱਕੜ ਕਿਹੜੇ ਨੇ? ਹੁਣ ਤੁਸੀਂ ਕਿਹੜੇ ਕਿਹੜੇ ਕੁੱਕੜ ਰੱਖੇ ਨੇ, ਇਹਨਾਂ ਦਾ ਨਾਂ ਦੱਸੇ ਸੋ, ਕਿਹੜੀ ਨਸਲ ਦੇ ਨੇ ਤੇ ਇਹ ਸਾਰਾ ਕੁਝ ਦੱਸੋ ਜਾ। ਇਹ ਮੀਂਹ ਵਾਲੀ ਤਕਰੀਬਨ ਸਨੀ ਦੇ ਤੇ ਮੀਂਹ ਵਾਲੀ ਦੇ ਮਤਲਬ ਮੀਂਹ ਵਾਲੀ ਚੋਂ ਕੁੱਕੜ ਜੋ ਇਹ ਸ਼ੌਕ ਮੀਂਹ ਵਾਲੀ ਚੋਂ ਨਿਕਲੇ। ਬਸ ਆਮ ਕੁੱਕੜ ਹਰ ਕਹਿਣ ਦੇ ਆਪੋ ਆਪਣੇ ਹਿਸਾਬ ਦੇ ਹਨ। ਤੇਜ਼ ਤਰਾਰ ਕੁੱਕੜ, ਕੇਲਬਾਦ ਕੁੱਕੜ, ਮੀਂਹ ਵਾਲੀ ਦੇ ਕੁੱਕੜ ਮਤਲਬ ਆਮ ਲੋਕ ਪਸੰਦ ਕਰਨ ਦੇ, ਸ਼ਿਕਾਰੀ ਵੀ ਪਸੰਦ ਕਰਨ ਦੇ, ਅਸਾਂ ਵੀ ਪਸੰਦ ਕਰੇ ਨੇ। ਕਿਉਂ ਸੱਯਦ ਬਾਦਸ਼ਾਹ ਮਤਲਬ ਮੀਆਂ ਵਾਲੇ ਦਾ ਆਏ ਉਸ ਰੱਖੇ ਹੋਇਆ। ਬਸ ਉੱਥੋਂ ਵੱਧ ਨਸਲ ਖਿੰਦੀ ਗਈ ਅਤੇ ਹੌਲੇ ਹੌਲੇ ਮਤਲਬ ਲੋਕਾਂ ਇਜ਼ਾਫਾ ਕਢਾਏ, ਬੱਚੇ ਕਢਾਏ ਨੇ ਅਤੇ ਇਵੇਂ ਕਰਕੇ ਇਜ਼ਾਫਾ ਕਰ ਦਿੰਦੇ ਨੇ। ਹੁਣ ਤਾਂ ਹਰ ਥਾਰੇ ਜ਼ਿਆਦਾਤਰ ਮੀਆਂ ਵਾਲੇ ਦੇ ਮਸ਼ਹੂਰ ਕੁੱਕੜ। ਤੁਹਾਡੇ ਕੋਲ ਚੀਨੇ ਬਿਲਾਲ ਵਾਲੇ ਕੁੱਕੜ ਪੈਣ, ਉਹਦੀ ਨਸਲ ਦੇ ਬਾਰੇ ਕੀ ਦੱਸੇ ਸਰ ਤੁਸੀਂ ਕਿ ਉਹ ਕਿਵੇਂ ਦੀ ਨਸਲ ਹੈ? ਤੁਸੀਂ ਸ਼ੌਕ ਰਹਿੰਦੇ ਹੋ ਨਾ, ਇਹ ਜਿਹੜੇ ਤੁਸੀਂ ਸ਼ੌਕ ਰਹਿੰਦੇ ਹੋ ਉਹਨਾਂ ਵਾਸਤੇ ਇਹ ਵੀਡੀਓ, ਅਤੇ ਉਹਨਾਂ ਕੋਲ ਕਿਹੜੇ ਕੁੱਕੜ ਰੱਖਣੇ ਚਾਹੀਦੇ? ਸਭ ਤੋਂ ਚੰਗੀ ਨਸਲ ਦਾ ਕਿਹੜਾ ਕੁੱਕੜ, ਚੀਨਾ ਬਿਲਾਲ ਵਾਲਾ ਕਿ ਦੂਜੀ ਨਸਲ? ਠੀਕ ਹੈ, ਤਕਰੀਬਨ ਬਿਲਾਲ ਵਾਲੇ ਚੀਨੇ ਵੀ ਚੰਗੇ, ਕੰਨ ਪੱਟੀ ਵਿੜਦੇ ਨੇ, ਗੱਲਾਂ ਵਿੜਦੇ ਨੇ, ਬਸ ਬਸ ਬੜੇ ਕਿਲ ਮਰੇ ਨੇ, ਕਿਲ ਚਾਹੁੰਦੇ ਵੀ ਹਨ, ਕਿਲ ਲੱਗ ਪਵੇ ਤਾਂ ਮਾਸ਼ਾਅੱਲਾ ਇਵੇਂ ਤਾਂ ਸਮਝੋ ਦੀਬੂਆਂ ਦੀ ਖੱਖਰ ਦੇ ਹੱਥ ਲਾ ਬੈਠੇ ਇਨ ਜਿਹੜੇ ਨੇ ਕਿਲਾਂ ਦੀ ਬਰਸਾਤ ਕਰੇ ਨੇ ਅਤੇ ਤੱਤਾ ਖੂਨ ਜਿਹੜੇ ਨੇ ਇਹਨਾਂ ਕਿਲ ਲੱਗੇ ਅਤੇ ਅੱਗ ਲੱਗ ਪੈਂਦੀ ਨੇ ਅੱਛੇ ਨਿਸਬਤ ਨਾਲ।